ਨਸ਼ੇ ਵੇਚਣ ਦਾ ਵਿਰੋਧ ਕਰਨਾ ਨੋਜ ਫਾਨ ਨੂੰ ਪਿਆ ਮੈਂਗਾ ਆਪਣੀ ਜਾਨ ਕੋ ਵਾ ਕੀ ਦੇ ਕੋ ਚੁਕਾਣੀ ਪਈ ਆ ਕੀਮਤ ਸਤਸੁਰ ਕਾਂਜੀ ਉਮੀਦ ਕਰਦੇ ਆ ਤੁਸੀਂ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਵੀਂਜ ਦੇ ਅਖੀਰ ਤੱਕ ਜਰੂਰ ਬਣੇ ਰਹੋ ਕਿਉਂਕਿ ਇੱਕ ਵਾਰ ਫਿਰ ਤੌਣ ਲੈ ਕੇ ਹਾਸਰਾ ਤੁਹਾਡੇ ਲਈ ਹੁਣ ਤੱਕ ਦੀ ਸਭ ਤੋਂ ਖਾਸ ਜਾਣਕਾਰੀ ਲਗਾਤਾਰ ਜਿੱਥੇ ਕਿ ਨੋਜ ਫਾਨਾ ਤੇ ਫਲੋਂ ਨਸ਼ਿਆਂ ਦੇ ਖਿਲਾਫ ਆਵਾਜ਼ ਚੁੱਕੀ ਜਾ ਰਹੀ ਹੈ ਨਸ਼ਿਆਂ ਤੇ ਰੋਕਥਾਮ ਤੇ ਲਈ ਪੰਜਾਬ ਸਰਕਾਰ ਤੋਂ ਵੀ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਪਰ ਕਿਤੇ ਨਾ ਕਿਤੇ ਲੋਕ ਆਪਣੇ ਪੱਤਰ ਤੇ ਕਾਰਵਾਈ ਕਰ ਰਹੇ ਨੇ ਤੇ ਲੋਕ ਆਵਾਜ਼ ਚੁੱਕਣੇ ਇਹ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਸੋ ਇੱਕ ਨੌਜਵਾਨ ਅਜੀਹਾ ਜਿਸ ਨੂੰ ਕੀ ਨਸ਼ਿਆਂ ਦੇ ਖਿਲਾਫ ਆਵਾਜ਼ ਚੁਕਣੀ ਮਹਿੰਗੀ ਪੈ ਗਈ ਹੈ ਦਰਅਸਲ ਫਰੀਦਕੋਟ ਦੇ ਪਿੰਡ ਟਿਲਵਾ ਖੁਰਦ ਦੇ ਇੱਕ 30 ਸਾਲਾਂ ਦੇ ਨੌਜਵਾਨ ਨੂੰ ਨਸ਼ਿਆਂ ਦੇ ਖਿਲਾਫ ਆਵਾਜ਼ ਚੁਕਣੀ ਮਹਿੰਗੀ ਪੈ ਗਈ ਜਿਸ ਨੂੰ ਨਸ਼ੇ ਖਿਲਾਫ ਆਵਾਜ਼ ਚੁਕੰਦੀ ਕੀਮਤ ਆਪਣੀ ਜਾਨ ਦੇ ਕੇ ਚੁਕਾਉਣੀ ਪਈਆ ਜਾਣਕਾਰੀ ਦੇ ਮੁਤਾਬਕ ਇਸ ਪਿੰਡ ਤੇ ਵਸਨੀਕ ਨੌਜਵਾਨਾਂ ਦੇ ਵੱਲੋਂ ਪਿੰਡ-ਪਿੰਡ ਦੇ ਵਿੱਚ ਜਾ ਕੇ ਨਸ਼ੇ ਦੀ ਫੈਕਰੀ ਨੂੰ ਰੋਕਣ ਦੇ ਲਈ ਅਤੇ ਨਸ਼ੇ ਦਾ ਵਿਰੋਧ ਕੀਤਾ ਜਾ ਰਿਹਾ ਸੀ ਅਤੇ ਵਿਰੋਧੀ ਕਮੇਟੀ ਬਣਾਈ ਗਈ ਸੀ ਅਤੇ ਨਸ਼ਾ ਕਰ ਇਹ ਦੋ ਨੌਜਵਾਨਾਂ ਨੂੰ ਫੜਿਆ ਗਿਆ ਅਤੇ ਜਿਨ੍ਹਾਂ ਨੇ ਸਭ ਦੇ ਸਾਹਮਣੇ ਮੰਨਿਆ ਕਿ ਉਹਨਾਂ ਨੇ ਪਿੰਡ ਦੇ ਵਿੱਚ ਇੱਕ ਲੜਕੇ ਤੋਂ ਨਸ਼ਾ ਖਰੀਦਿਆ ਸੀ ਉਸ ਦਾ ਨਾਮ ਵੀ ਦੱਸਿਆ ਐਨੇ ਦੇ ਵਿੱਚ ਨਸ਼ਾ ਵੇਚਣ ਵਾਲੇ ਵਿਅਕਤੀ ਨੇ ਸਭ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਇਸ ਤੋਂ ਬਾਅਦ ਇੱਕ ਜ਼ਰ ਹੋਰ ਸਾਥੀ ਆ ਗਿਆ ਅਤੇ ਜਿਸ ਨੇ ਆਂਦੇ ਅਨਸਾਰ ਨਸ਼ਾ ਵਿਰੋਧੀ ਕਮੇਟੀ ਦੇ ਮੈਂਬਰ ਤੇ ਗੋਲੀ ਚਲਾ ਦਿੱਤੀ ਹੈ ਅਤੇ ਜਿਸ ਦੇ ਨਾਲ ਉਹ ਗੰਭੀਰ ਜ਼ਖਮੀ ਹੋਇਆ ਜਿਸ ਨੂੰ ਕਿ ਇਲਾਜ ਦੇ ਲਈ ਹਸਪਤਾਲ ਲਿਆਂਦਾ ਗਿਆ ਪਰ ਡਾਕਟਰਾਂ ਨੇ ਮ੍ਰਿਤਕ ਐਲਾਨ ਕਰ ਦਿੱਤਾ ਮ੍ਰਿਤਕ ਦੇ ਸਾਥੀ ਹੈਰੀ ਨੇ ਦੱਸਿਆ ਕਿ ਹਮਲਾਵਰ ਗੋਲੀ ਚਲਾਉਣ ਤੋਂ ਬਾਅਦ ਉੱਥੋਂ ਭੱਜ ਗਿਆ ਅਤੇ ਦੱਸਿਆ ਕਿ ਕਾਤਲ ਪਹਿਲਾਂ ਵੀ ਅਸਲਾ ਐਕਟ ਤਹਿਤ ਕੇਸ ਦੇ ਵਿੱਚ ਟੀਲ ਦੇ ਵਿੱਚ ਪੰਜ ਜੋ ਹੁਣ ਜ਼ਮਾਨਤ ਤੇ ਆਇਆ ਸੀ ਅਤੇ ਪਿੰਡ ਦਾ ਹੀ ਰਹਿਣ ਵਾਲਾ ਸੀ ਸੋ ਇਸ ਸਬੰਧੀ ਇਨਸਪੈਕਟਰ ਅਮਰਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ ਸਾਰੇ ਪਹਿਲੂਆਂ ਨੂੰ ਗੌਰ ਦੇ ਨਾਲ ਜਾਂਚਿਆ ਜਾ ਰਿਹਾ ਅਤੇ ਮ੍ਰਿਤਕ ਦੇ ਪਰਿਵਾਰ ਤੇ ਬਿਆਨ ਵੀ ਲਿਖੇ ਗਏ ਨੇ ਉਸ ਤੋਂ ਬਾਅਦ ਸਾਰੀ ਕਾਰਵਾਈ ਕੀਤੀ ਜਾ ਰਹੀ ਹੈ ਕਾਤਲ ਨੂੰ ਫੜਨ ਦੇ ਲਈ ਟੀਮਾਂ ਵੀ ਲਗਾਤਾਰ ਲਗਾਈਆਂ ਗਈਆਂ ਨੇ ਤੋਂ ਦੇਖਿਆ ਜਾਵੇ ਇਸ ਨੌਜੁਫਾਨ ਤੇ ਵੱਲੋਂ ਨਸ਼ੀਆਂ ਪ੍ਰਤੀ ਹਾਵਸ ਚੁੱਕੀ ਜਾ ਰਹੀ ਸੀ ਨਸ਼ੇ ਨੂੰ ਰੋਕਿਆ ਜਾ ਰਿਹਾ ਸੀ ਕਮੇਟੀ ਬਣਾਈ ਸੀ ਪਰ ਕਿਤੇ ਨਾ ਕਿਤੇ ਉਸ ਨੂੰ ਆਪਣੀ ਜਾਨ ਗਵਾਉਣੀ ਪਈ ਆ ਸਿਰਫ ਨਸ਼ੇ ਕਰਕੇ ਇਹੋ ਜਿਹੇ ਬਹੁਤ ਸਾਰੇ ਨੌਜਵਾਨ ਨਸ਼ੇ ਦੀ ਪੇਟ ਵੀ ਚੜ ਰਹੇ ਨੇ ਪਰ ਕਿਤੇ ਨਾ ਕਿਤੇ ਜੋ ਨੌਜਵਾਨ ਦੂਸਰਿਆਂ ਨੂੰ ਜਾਗਰੂਕ ਕਰ ਰਹੇ ਨੇ ਉਹਨਾਂ ਨੂੰ ਆਪਣੀ ਜਾਨ ਵੀ दांव ਤੇ ਲਗਾਣੀ ਪੈ ਰਹੀ ਐ ਸੋ ਇਹ ਤਾਂ ਬਹੁਤ ਵੱਡੀ ਮਾੜੀ ਕਹਾਣੀ ਹੈ ਕਿਉਂਕਿ ਸਮਾਜ ਦੇ ਵਿੱਚ ਨਸ਼ਾ ਜਿਸ ਕਦਰ ਪਾਦ ਰਿਹਾ ਸੋ ਉਸ ਨੂੰ ਰੋਕਣ ਦੇ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਨੇ ਪਰ ਕਿਤੇ ਨਾ ਕਿਤੇ ਇਸ ਨੌਜਵਾਨ ਨੇ ਆਪਣੀ ਜਾਨ ਦੀ ਬਾਜ਼ੀ ਲਗਾ ਦਿੱਤੀ ਐ ਸੋ ਜੇਕਰ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰੋ ਤਨਫਾਦ